वेख जोबन पुत, जड़ा लालच हुंदा वा ना, यह बहुती देर नहीं गा चलता, यह छेती अगे आ जाता वा। हुण वेख ला तेरिया भूआ होनी ही ना, इतों किन्ना कुछ खड़दियां रही है ना, पहली हड्डी उत्ते इन्होंने मल मार ली। तो पर प्यो तेरा एको गल कहिंदा हुंदा ही भी अपनी मेहनत दी खानी आ, भावे बंदा थोड़ी खा ले। हाँ तो भाजी तुम ना सुना ने सच गल की, जिहड़ी हक हलात की कमाई है ना उहो ही काम आउंदी आ, बंदा तो गांह नूं हथ पाउंदा वा। बाकी भैन जी विचोले पुछदे ही भी कुछ लैना देना वा चाहे कुछ किदां वा, तो मैं साफ ही मना करता जी। ਜੋਨ ਪੁੱਤ ਕੀ ਕਰਨ ਦਿਆ ਇੱਥੇ ਬੈਠਾ? ਉਹ ਮੰਮੀ ਕੁਛ ਨਹੀਂ ਕਰਨਾ, ਕੀ ਥੋੜਾ ਜਿਹਾ ਕੰਮ ਹੀਗਾ ਮੈਨੂੰ ਕਰਨ ਵਾਲਾ। ਮੈਂ ਤੈਨੂੰ ਉੱਥੇ ਲੱਭਣ ਦੀ ਸੀ, ਮੈਂ ਪਤਾ ਨਹੀਂ ਕਿੱਥੇ ਚੱਲ ਗਿਆ। ਮੈਂ ਤਾਂ ਇੱਥੇ ਬੈਠਾ ਬਾਬਾ ਚਿਰਦਾ। ਤੇ ਇੱਦਾਂ ਕਰ ਮੈਂ ਚਿਰਾ ਕੇ ਚੱਲੀ ਹਾਂ ਹਵੇਲੀ, ਤੇ ਘਰ ਦਾ ਧਿਆਨ ਰੱਖੀ। ਹਵੇਲੀ ਕੀ ਕਰਨਾ, ਮੈਂ ਕੰਮ ਕਰੀ ਆਉਣਾ ਠਹਿਰ ਕੇ। ਉਹ ਨਹੀਂ ਪੁੱਤ, ਡੰਗਰ ਵਿਚਾਰੇ ਧੁੱਪਾ ਗਈ ਹੋਣੀ ਇਹਨਾਂ ਨੂੰ ਉੱਥੇ। ਮੈਂ ਥੋੜਾ ਜਿਹਾ ਬਸ ਕੰਮ ਕਰਕੇ ਕਰ ਆਉਣਾ ਵਾ। ਨਹੀਂ ਤੂੰ ਬਹਿ ਇੱਥੇ, ਮੈਂ ਆ ਗਈ ਕਰਕੇ। ਛੇਤੀ ਆ ਜਾ, ਨਾਲੇ ਗੱਲ ਸੁਣੋ ਮੇਰੀ। ਉਹ ਭੂਆ ਹੁਣਾਂ ਦਾ ਫੋਨ ਆਇਆ ਸੀ, ਪਿੰਦਰ ਭੂਆ ਦਾ। ਅੱਛਾ। ਉਹ ਕਹਿੰਦੇ ਵੀ ਅਸੀਂ ਆਉਣਾ ਵਾ, ਤੇ ਮੈਂ ਆ ਜਾਓ ਕੋਈ ਗੱਲ ਨਹੀਂ, ਮਿਲ ਗਿਲ ਨਹੀਂ ਆਉਣਾ, ਥੋੜਾ ਜਿਹਾ ਕੋਈ ਕੰਮ ਹੋਣਾ ਜਾਂ ਫਿਰ। ਤੇ ਦੋਵੇਂ ਜੀ ਆਉਣਗੇ ਕਿ ਜਾਂ ਇਕੱਲੇ ਆਉਣਗੇ? ਦੋਵੇਂ ਜਣੇ। ਅੱਛਾ ਅੱਛਾ, ਤਾਂ ਕੋਈ ਨਹੀਂ ਫਿਰ ਮੈਂ ਆ ਗਈ ਕਰਕੇ ਹਾਂ ਮੇਰੀ। ਹੋਆ ਹੋਆ। ਤੇ ਨਾਲ ਸੱਚ ਮੈਂ ਵੀ ਤੈਨੂੰ ਗੱਲ ਪੁੱਛਣੀ ਸੀ ਵੀ ਉਹ ਜਿਹੜੀ ਕੁੜੀ ਦਾ ਵੇਖਿਆ ਉਹ ਰਿਸ਼ਤਾ ਤੇ ਕਿੱਦਾਂ ਤੈਨੂੰ ਪਸੰਦ ਵਾ? ਉਹ ਕੋਈ ਗੱਲ ਨਹੀਂ ਮੈਂ, ਜੋ ਤੁਸੀਂ ਲੱਭਿਆ ਵਾ ਨਾ ਠੀਕ ਵਾ, ਕੋਈ ਗੱਲ ਨਹੀਂ ਮੈਨੂੰ ਠੀਕ ਵਾ, ਕੋਈ ਗੱਲ ਨਹੀਂ ਹੈ। ਚੱਲ ਵੇਖ ਲੈ ਪੁੱਤ, ਤੂੰ ਜ਼ਿੰਦਗੀ ਕੱਟਣੀ ਆ। ਉਹ ਨਹੀਂ, ਮੇਰਾ ਕੀ ਹੈ, ਮੇਰੀ ਤਾਂ ਬਸ ਲੰਘ ਹੀ ਗਈ ਆ। ਉਹ ਬਸ ਇਹੋ ਹੀ ਆ ਵੀ ਕੁੜੀ ਚੰਗੀ ਹੋਵੇ, ਕੰਮ ਕੁੰਮ ਕਰ ਲਏ ਘਰ ਦਾ, ਹੋਰ ਕੀ ਆ। ਨਹੀਂ ਕੁੜੀ ਤੇ ਆਉਂਦੇ ਸੀ ਵੀ ਚੰਗੀ ਆ, ਕੰਮ ਕਰ ਵਾਲੀ ਆ। ਚਲੋ ਵਧੀਆ, ਅੱਜ ਬਾਕੀ ਕੋਈ ਨਹੀਂ ਵੇਖ ਲੈਨੇ ਗੱਲ ਕਰਕੇ। ਕੋਈ ਤੁਸੀਂ ਹੋ ਆਓ, ਮੈਂ ਆ ਗਈ ਹਾਂ। ਬਹੁਤਾ ਕੰਮ ਨਾ ਕਰਿਓ, ਛੇਤੀ ਆ ਜਿਓ। ਨਹੀਂ ਨਹੀਂ ਆ ਗਈ ਮੈਂ ਬਸ, ਛੇਤੀ ਧਿਆਨ ਰੱਖੀ ਘਰ ਦਾ। ਦੱਸਦੀ ਆ ਕਿ ਇਹਨਾਂ ਨੂੰ ਖਰੇ ਹੈ ਹੀ ਦੁੱਖ, ਤੇ ਮੈਨੂੰ ਹੀ ਜ਼ਿਆਦਾ ਦੁੱਖ ਵਾ। ਕਦੀ ਉਹ ਬਵਾਂ ਚੜਾਉਣ ਕੇ ਲੱਗ ਪੈਂਦੀ ਆ, ਕਦੀ ਤੂੰ ਡਹਿ ਪੈਂਦੀ ਅੰਦਰ ਵੜ ਵੜ ਕੇ। ਆਪਣਾ ਕੰਮ ਧੰਦਾ ਵੇਖ, ਜੇ ਨਹੀਂ ਰਿਹਾ ਜਾਂਦਾ ਤਾਂ ਚੱਲ ਜਾ ਬੇਸ਼ੱਕ ਭਾਵੇਂ, ਠੀਕ ਨਹੀਂ? ਸਮਝ ਜਾ ਗੱਲ ਨੂੰ ਕਿਤੇ। ਚਲ ਕੋਈ ਨਹੀਂ, ਇੱਦਾਂ ਨਾ ਕਰੋ, ਪਰ ਮੇਰੇ ਆਪਣੇ ਮਨ ਦੇ ਵਿੱਚ ਆਉਂਦੀ ਆ ਵੀ ਕਈ ਵਾਰ ਇੱਦਾਂ ਦੇ ਖਰਚੇ ਚਾਨ ਚੱਕ ਹੀ ਪੈ ਜਾਂਦੇ ਆ, ਅਤੇ ਫਿਰ ਆਪਾਂ ਕੀ ਕਰਾਂਗੇ? ਟਾਈਮ ਕੱਢਣਾ ਬੜਾ ਔਖਾ ਆ ਵੈਸੇ, ਪਰ ਕੀ ਕਰਨਾ ਵਾ ਹੁਣ। ਭੈਣ ਭਰਾ ਤਾਂ ਹੁੰਦੇ ਆ ਸਾਥ ਦੇਣ ਨੂੰ, ਪਰ ਇਹੋ ਜਿਹੇ ਭੈਣ ਭਰਾ ਨੂੰ ਕੀ ਕਰਨਾ ਵਾ ਜਿਹੜੇ ਆਉਂਦਿਆਂ ਟੈਨਸ਼ਨ ਪੈ ਜਾਂਦੀ ਆ ਵੀ ਪਤਾ ਨਹੀਂ ਇਹਨਾਂ ਨੇ ਕੀ ਆਣ ਕੇ ਕਹਿ ਦੇਣਾ ਅਤੇ ਕੀ ਨਹੀਂ। ਮੇਰੀ ਗੱਲ ਸੁਣ, ਹਾਂਜੀ, ਕਰੇਲੇ ਕਿੱਦਾਂ ਲੱਗੇ? ਬਣਾ ਲੈਣੇ ਸੀ ਕਰੇਲੇ, ਨਾ ਹਲੇ ਬਹੁਤੇ ਛੋਟੇ ਛੋਟੇ ਆ, ਮੈਂ ਚੱਲ ਥੋੜੇ ਜਿਹੇ ਵੱਡੇ ਹੋਣ ਫਿਰ ਬਣਾ ਲਾਂਗੇ। ਤੇ ਕੀ ਬਣਾਇਆ ਅੱਜ? ਅੱਜ ਤੇ ਕੜੀ ਬਣਾਈ ਆ। ਚੱਲ ਵੇਖ ਲੈ ਫਿਰ, ਉਹਨਾਂ ਖਾ ਲੈ। ਅਸਲ ਉਹਨਾਂ ਖਾ ਲਓ, ਕੋਈ ਨਹੀਂ ਕੱਲ ਪੱਕੇ ਨੂੰ ਬਣਾ ਲਾਂਗੇ। ਹਾਂ ਯਾਰ, ਤੇ ਮੈਂ ਜਾਣਾ ਹੀ ਨਹੀਂ ਤੇ ਫੇਰ ਮੈਨੂੰ ਫੇਰਾ ਮਾਰਨਾ ਪੈਣਾ। ਨਹੀਂ ਮੈਂ ਲਿਖ ਦਿੰਦੀ ਆ, ਫਿਰ ਲੈ ਆਈ ਆਇਓ। ਸਾਰਾ ਲਿਖ ਦੇ ਚੇਤੇ ਨਾਲ ਮੈਨੂੰ, ਠੀਕ ਆ? ਆਹ ਲੈ ਜਾ, ਮੈਂ ਖਾ ਲਈ ਹੁਣ ਜਿੰਨੀ ਖਾਣੀ। ਯਾਰ ਮੈਂ ਤੇ ਇੱਕ ਸਕੀਮ ਹੋਰ ਸੋਚੀ ਆ, ਮੇਰਾ ਰਾਦਾ ਕਮੇਟੀ ਪਾਈਏ। ਯਾਰ ਲੋਕੀ ਬੜੀਆਂ ਗੱਲਾਂ ਕਰਦੇ ਆ, ਉਹ ਸਾਨੂੰ ਇੰਨਾ ਫਾਇਦਾ ਹੋ ਗਿਆ, ਚੈਨਾ ਹੋ ਗਿਆ, ਭਾਗ ਵੇਚਨੇ ਭਲਾ ਕੀ ਪਤਾ ਸਾਨੂੰ ਵੀ ਮੁਨਾਫਾ ਹੋ ਜੇ। ਆਹੋ ਆਹੋ, ਗੱਲ ਤੇ ਵੈਸੇ ਤੁਹਾਡੀ ਠੀਕ ਆ, ਪਰ ਮੁਨਾਫਾ ਵੀ ਉਹਨਾਂ ਨੂੰ ਹੀ ਹੁੰਦਾ ਵਾ ਨਾ ਜਿਨ੍ਹਾਂ ਦੇ ਕੋਲ ਨਿੱਤ ਪੈਸੇ ਰਹਿੰਦੇ ਆ। ਸਾਡੇ ਵਰਗੇ ਨੂੰ ਤੇ ਪੈਸੇ ਦੀ ਰੋਜ਼ ਲੋੜ ਵਾ, ਤੁਹਾਨੂੰ ਕਿੱਥੋਂ ਉੱਥੇ ਫਾਇਦਾ। ਮੈਂ ਤਾਂ ਇਹੋ ਸੋਚੀ ਜਾਂਦੀ ਹਾਂ, ਕਿੰਨਾ ਵਧੀਆ ਹੱਸਦਾ ਖੇਡਦਾ ਸਾਡਾ ਪਰਿਵਾਰ ਹੀ ਸਾਰਾ, ਅਤੇ ਸਾਰਾ ਹੀ ਵੱਖੋ ਵੱਖ ਹੁੰਦਾ ਜਾਂਦਾ ਵਾ। ਪਹਿਲਾਂ ਸਾਡਾ ਇਹ ਸਾਥ ਛੱਡ ਗਏ, ਮੁੜ ਕੇ ਬਾਪੂ ਜੀ ਵਿਚਾਰੇ ਇੱਦਾਂ ਹੋ ਗਏ, ਹੌਲੀ ਹੌਲੀ ਕਰਦਿਆਂ ਨਾ ਸਾਰਾ ਪਰਿਵਾਰ ਹੀ ਨਿਖੜ ਗਿਆ। ਹੁਣ ਰਹਿ ਗਏ ਬਸ ਆਪਾਂ ਦੋਵੇਂ ਮਾਂ ਪੁੱਤ, ਅਤੇ ਅਸੀਂ ਹੁਣ ਨਵੇਂ ਘਰ ਚੱਲ ਗਏ ਹਾਂ, ਅਤੇ ਘਰ ਹੁਣ ਨਾ
ਸੁਨਾ ਜਾਈ ਹੋ ਗਿਆ ਵਾ ਵੇਖ ਵੇਖ ਕੇ ਨਾ ਜੀ ਨੂੰ ਹੋਰ ਤਰ੍ਹਾਂ ਹੁੰਦਾ ਵਾ ਵੀ ਕਿੰਨਾ ਭਰਿਆ ਘਰ ਹੁੰਦਾ ਸੀ ਮੰਮੀ ਲੈ ਇੱਥੇ ਬੈਠੇ ਆ ਬੰਦਾ ਪੁੱਛੇ ਇੱਥੇ ਕੀ ਪੁਰਾਣੇ ਘਰ ਲੈ ਦੱਸ ਘਰ ਸਰਜਣੇ ਆ ਕੇ ਬੈਠੇ ਆ ਤੇ ਤੁਸੀਂ ਇੱਧਰ ਬੈਠੇ ਜੇ ਇੱਥੇ ਕੀ ਕਾਂਡੇ ਜੇ ਪੁੱਤ ਬਹਿਣਾ ਬੁਣਾ ਕੀ ਆ ਮੇਰਾ ਤੇ ਨਾ ਨਵੇਂ ਘਰ ਜਾਗਣਾ ਜੀ ਨਹੀਂ ਲੱਗਦਾ ਕਿਉਂ ਏਦਾਂ ਹੀ ਬਸ ਐਸੇ ਘਰ ਨੂੰ ਚੇਤੇ ਕਰ ਕਰ ਮਨ ਜਿਹਾ ਹੋਰ ਤਰ੍ਹਾਂ ਹੋਣ ਦਿਆ ਸੀ ਵੀ ਕਿੱਦਾਂ ਸਾਰੇ ਜਣੇ ਇੱਥੇ ਰਹਿੰਦੇ ਹੁੰਦੇ ਸੀ ਤੇਰਾ ਬਚਪਨ ਸਾਰਾ ਇੱਥੇ ਬੀਤਿਆ ਜੋ ਨਿੱਕੇ ਤੋਂ ਲੈ ਕੇ ਕਿੰਨੀਆਂ ਆਪਾਂ ਤੰਗੀਆਂ ਝਾਕੀਆਂ ਕਿੰਨੇ ਸੁੱਖ ਆਏ ਕਿੰਨੇ ਦੁੱਖ ਆਏ ਉਹ ਸੋਚਣ ਦੀ ਇੱਥੇ ਬੈਠੀ ਤੇ ਨਾਲੇ ਮਨ ਨੂੰ ਹੋਰ ਤਰ੍ਹਾਂ ਹੋਣ ਦਿਆ ਸੀ ਵੀ ਰੱਬਾ ਕੀ ਆ ਇੰਨਾ ਦੁੱਖ ਪਾ ਕੇ ਤੇ ਹੁਣ ਸੁੱਖ ਪਾਇਆ ਤੇ ਕੀ ਫਾਇਦਾ ਵਾ ਮੰਮੀ ਇਹ ਤੇ ਫਿਰ ਕਿਸਮਤ ਹੀ ਆ ਨਾ ਸਾਡੀ ਕਿਸੇ ਦੀ ਕਿਸਮਤ ਨਾਲ ਕੋਈ ਰਲਿਆ ਵਾ ਹੈ ਨਾ ਹਰੇਕ ਬੰਦਾ ਆਪਣੀ ਆਪਣੀ ਲਿਖਾ ਕੇ ਲਿਆਉਂਦਾ ਵਾ ਅਤੇ ਇਹ ਤਾਂ ਪਹਿਲਾਂ ਸਭ ਕੁਝ ਲਿਖਿਆ ਹੁੰਦਾ ਤੁਸੀਂ ਆਪ ਤਾਂ ਸਮਝਾਉਂਦੇ ਜੇ ਵੀ ਜੋ ਕਿਸਮਤ 'ਚ ਲਿਖਿਆ ਉਹ ਹੋਣਾ ਹੀ ਹੋਣਾ ਵਾ ਅਤੇ ਫਿਰ ਜੇ ਤੁਸੀਂ ਇਹਦਾ ਮਨ ਖਰਾਬ ਕਰੋਗੇ ਤਾਂ ਕਿੱਦਾਂ ਚੱਲੂਗਾ ਉਹ ਤਾਂ ਪੁੱਤ ਗੱਲ ਤੇਰੀ ਠੀਕ ਵਾ ਮੈਂ ਵੀ ਮੰਨਦੀ ਹਾਂ ਪਰ ਪਿਓ ਤੇਰਾ ਨਾਲ ਹੁੰਦਾ ਨਾ ਤਾਂ ਕਿੰਨਾ ਵਧੀਆ ਲੱਗਣਾ ਸੀ ਅੱਜ ਜਦੋਂ ਆਪਾਂ ਨਵੇਂ ਘਰ ਦੇ ਵਿੱਚ ਜਾਣਾ ਸੀ ਹੁਣ ਤਾਂ ਵੇਖਣ ਦੀ ਸੀ ਆ ਘਰ ਨੂੰ ਵੀ ਵੇਖ ਕਿੰਨਾ ਵਧੀਆ ਇੱਥੇ ਮਸ਼ੀਨ ਦਾ ਕੰਮ ਕਰਨਾ ਮੈਂ ਬਹਿ ਕੇ ਸੂਟ ਸੀਣੇ ਬਹੁਤ ਮਿਹਨਤ ਕੀਤੀ ਹੈ ਪੁੱਤ ਪਿਓ ਤੇਰੇ ਨੇ ਵੀ ਬੜੀ ਕੀਤੀ ਚਲੋ ਗਾੜੀ ਮੈਂ ਵੀ ਬੜੀ ਕੀਤੀ ਇਹ ਆ ਵੀ ਚੱਲ ਤੂੰ ਵੀ ਗੜੀ ਮਿਹਨਤੀ ਨਿਕਲਿਆ ਵਾ ਉਹ ਨਾਲੇ ਮੈਨੂੰ ਤਾਂ ਇਹੋ ਗੱਲ ਦੀ ਖੁਸ਼ੀ ਆ ਵੀ ਜਿਹੜੀਆਂ ਤੁਸੀਂ ਅਤੇ ਡੈਡੀ ਨੇ ਗੱਲਾਂ ਸਿਖਾਈਆਂ ਉਹਦੇ ਨਾਲ ਹੀ ਚਲੋ ਆਪਣਾ ਘਰ ਸੁਧਾਰ ਲਿਆ ਗਾ ਹੋਰ ਹੈ ਨਾ ਅਤੇ ਜੇ ਮੰਨ ਲਓ ਡੈਡੀ ਹੁੰਦੇ ਤਾਂ ਕੀ ਪਤਾ ਮੁੜ ਕੇ ਹਾਲਾਤ ਕੁਛ ਹੋਰ ਹੁੰਦੇ ਮੈਨੂੰ ਇੰਨੀ ਅਕਲ ਨਾ ਹੀ ਆਉਂਦੀ ਇਹ ਵੀ ਤਾਂ ਗੱਲ ਹੈਗੀ ਆ ਨਾ ਇਹ ਵੀ ਗੱਲ ਹੈਗੀ ਆ ਤਾਂ ਚੱਲ ਜ਼ਿੰਮੇਵਾਰੀ ਪਈ ਸੀ ਤਾਂ ਮੈਂ ਵੀ ਤੁਰਿਆ ਰਿਹਾ ਅਤੇ ਇੰਨਾ ਕੁ ਹੀ ਬਣਾ ਲਿਆ ਵਾ ਅਤੇ ਤੁਸੀਂ ਇੱਦਾਂ ਫਿਕਰ ਨਾ ਕਰਿਆ ਕਰੋ ਕੋਈ ਗੱਲ ਨਹੀਂ ਇੱਦਾਂ ਮਨ ਖਰਾਬ ਕਰੀ ਜਾ ਕੇ ਤਾਂ ਮੁੜ ਕੇ ਬਿਮਾਰ ਪੈ ਜਾਣਾ ਤੁਸੀਂ ਫਿਕਰ ਤਾਂ ਹੁੰਦੀ ਆ ਪੁੱਤ ਜੇ ਹੁਣ ਤੇਰੀਆਂ ਭੂਆ ਹੋਣੀ ਸੀ ਵੇਖ ਲਾ ਦੋਵੇਂ ਉਹਨਾਂ ਨੇ ਵੀ ਮੈਨੂੰ ਕਿੰਨਾ ਤੰਗ ਕੀਤਾ ਇੱਥੇ ਵੇਖ ਲਾ ਪੁੱਤ ਜੇ ਤੇਰੀਆਂ ਭੂਆ ਹੋਣੀ ਸੀ ਤਾਂ ਉਹ ਵੀ ਪਹਿਲਾਂ ਤਾਂ ਬੜੀਆਂ ਚੰਗੀਆਂ ਰਹੀਆਂ ਸਾਡੇ ਨਾਲ ਪਰ ਬਾਅਦ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਬਸ ਪੈਸੇ ਦੀ ਧੂਪ ਆਈ ਇੱਥੇ ਇਹਨਾਂ ਨੇ ਕਦੀ 50 ਲੈ ਗਈਆਂ ਕਦੀ 100,000 ਲੈ ਗਈਆਂ ਕਦੀ ਕੁਛ ਲੈ ਗਈਆਂ ਲੈ ਵੀ ਇਹ ਘਰ ਵਿੱਚ ਉਹਨਾਂ ਨੇ ਕੁਛ ਛੱਡਿਆ ਹੀ ਨਹੀਂ ਕਿਤੇ ਬਹੁਤ ਤੰਗੀ ਵੇਖੀ ਇਹ ਘਰ ਦੇ ਵਿੱਚ ਤੇ ਪਰ ਪਿਓ ਤੇਰਾ ਸੀ ਨਾ ਉਹ ਵੀ ਕੋਈ ਗੱਲ ਨਹੀਂ ਕਰਦਾ ਵੀ ਕੋਈ ਗੱਲ ਨਹੀਂ ਕਰਨੀ ਵਿਚਾਰੇ ਨੇ ਜੋ ਬਾਪੂ ਜੀ ਨੇ ਕਹਿ ਦੇਣਾ ਬਸ ਉਹ ਹੀ ਮੰਨ ਲੈਣੀ ਵੀ ਬਾਪੂ ਜੀ ਤੁਸੀਂ ਕਰਨਾ ਵਾ ਜੋ ਵੀ ਕਰਨਾ ਵਾ ਤੇ ਪਰ ਇਹ ਆ ਵੀ ਤੰਗੀ ਬਹੁਤ ਵੇਖੀ ਆ ਉਹ ਮੰਮੀ ਜੀ ਅਸੀਂ ਸੋਚੀਏ ਨਾ ਵੀ ਅਸੀਂ ਕਿਸੇ ਨੂੰ ਧੋਖਾ ਦੇ ਕੇ ਕਿਸੇ ਨੂੰ ਪਿੱਛੇ ਸੁੱਟ ਕੇ ਆਪ ਅੱਗੇ ਵਾਜੀਏ ਇੱਦਾਂ ਵਧਿਆ ਜਾਂਦਾ ਵਾ ਨਾ ਪੁੱਤ ਇੱਦਾਂ ਤੇ ਕਦੇ ਵੀ ਨਹੀਂ ਹੁੰਦੀ ਉਹ ਤੇ ਰੱਬ ਤੇ ਬੈਠਾ ਵੇਖਣ ਦਿਆ ਨਾ ਸਾਰਾ ਕੁਛ ਫਿਰ ਉਹ ਗੱਲ ਆ ਜਾਂਦੀ ਵੀ ਰਾਮ ਵਧਾਵੇ ਸੋ ਵਧੇ ਬਲਕਾਰ ਵਧੇ ਨਾ ਕੋਈ ਜੇ ਮੰਨ ਲਓ ਜੇ ਰੱਬ ਵਧਾਊਗਾ ਤੁਹਾਨੂੰ ਤਾਂ ਫੇਰ ਹੀ ਵਧਣਾ ਵਾ ਜੇ ਕੋਈ ਕਵੇ ਨਾ ਵੀ ਕਿਸੇ ਨੂੰ ਮੈਂ ਧੋਖਾ ਦੇ ਕੇ ਕਿਸੇ ਨੂੰ ਧੱਕਾ ਦੇ ਕੇ ਪਰੇ ਸੁੱਟਦਾ ਤੇ ਆਪ ਗਾਂ ਵਾਜਾਂ ਹੁਣ ਵੇਖੋ ਭੂਆ ਹੁਣਾਂ ਦਾ ਕੀ ਕੁ ਹੋਇਆ ਵਾ ਹੈਂ ਆਹ ਹੁਣ ਮਾਸਾ ਫੁੱਫੜ ਠੀਕ ਹੋਇਆ ਵਾ ਤੇ ਕਿਤੇ ਉਹਨਾਂ ਦੀ ਜਾਂਚ ਜਾਣ ਪਈ ਆ ਤੇ ਨਹੀਂ ਤੇ ਤੁਹਾਨੂੰ ਪਤਾ ਹੀ ਲੱਗਾ ਸਭ ਕੁਝ ਕਿੱਦਾਂ ਕਿੱਦਾਂ ਹੁੰਦਾ ਰਿਹਾ ਬਥੇਰਾ ਕੁਛ ਕਰਦੀਆਂ ਰਹੀਆਂ ਵਾ ਪੁੱਤ ਜਿੰਨਾ ਕੁਛ ਇਹ ਕਰਦੀਆਂ ਰਹੀਆਂ ਵਾ ਨਾ ਉਹ ਸਭ ਕੁਛ ਉਹਨਾਂ ਨੇ ਪਾ ਲਿਆ ਵਾ ਵੇਖ ਜੋਬਨ ਪੁੱਤ ਜਿਹੜਾ ਲਾਲਚ ਹੁੰਦਾ ਵਾ ਨਾ ਇਹ ਬਹੁਤੀ ਦੇਰ ਨਹੀਂ ਗਾ ਚੱਲਦਾ ਇਹ ਛੇਤੀ ਅੱਗੇ ਆ ਜਾਂਦਾ ਵਾ ਹੁਣ ਵੇਖ ਲਾ ਤੇਰੀਆਂ ਭੂਆ ਹੋਣੀ ਸੀ ਨਾ ਇੱਥੋਂ ਕਿੰਨਾ ਕੁ ਖੜਦੀਆਂ ਰਹੀਆਂ ਹੈ ਨਾ ਪੈਲੀ ਹੱਡੀ ਉੱਤੇ ਇਹਨਾਂ ਨੇ ਮੱਲ ਮਾਰ ਲਈ ਅਤੇ ਪਰ ਪਿਓ ਤੇਰਾ ਇੱਕੋ ਗੱਲ ਕਹਿੰਦਾ ਹੁੰਦਾ ਸੀ ਵੀ ਆਪਣੀ ਮਿਹਨਤ ਦੀ ਖਾਣੀ ਆ ਭਾਵੇਂ ਬੰਦਾ ਥੋੜ੍ਹੀ ਖਾ ਲਏ ਚਾਰ ਦੇ ਨਾਲ ਖਾ ਲਏ ਲੂਣ ਨਾਲ ਲਾ ਕੇ ਖਾ ਲਏ ਪਰ ਆਪਣੀ ਮਿਹਨਤ ਦੀ ਕਮਾਈ ਖਾਣੀ ਆ ਅਤੇ ਮੈਂ ਪੁੱਤ ਬਸ ਉਹਨਾਂ ਦੀ ਗੱਲ ਮੰਨੀ ਅਤੇ ਤੇਰੇ ਨਾਲ ਮੈਂ ਉਹ ਕੋਈ ਕੀਤਾ ਬਸ ਮਿਹਨਤ ਦੀ ਵੀ ਥੋੜ੍ਹੀ ਵੀ ਖਾਧੀ ਜਾਵੇ ਨਾ ਤਾਂ ਵਧੀਆ ਗੱਲ ਵਾ ਉਹ ਨਾਲੇ ਜੇ ਅਸੀਂ ਮਿਹਨਤ ਕਰਦੇ ਰਹੇ ਹਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਰੱਬ ਨੇ ਸਾਨੂੰ ਸਭ ਕੁਝ ਦੇਤਾ ਸਭ ਕੁਝ ਦੇਤਾ ਜੇ ਮੰਨ ਲਓ ਧੋਖੇ ਕਰਦੀਆਂ ਰਹੀਆਂ ਸਾਡੇ ਨਾਲ ਜਾਂ ਮਾੜੇ ਕੰਮ ਕਰਦੀਆਂ ਰਹੀਆਂ ਵਾ ਤੇ ਵੇਖ ਲਓ ਕਿੱਥੋਂ ਹੋ ਕੇ ਮੁੜੀਆਂ ਵਾ ਬਹੁਤ ਮਾੜੀ ਹੋਈ ਆ ਅਜੋਗੇ ਨਾਲ ਤਾਂ ਮਹਾਂ ਬਚਿਆ ਵਾ ਕਿਤੇ ਮੰਜੇ ਤੇ ਜਿੱਦਾਂ ਪੈ ਗਿਆ ਸੀ ਤਾਂ ਉੱਠਣ ਦਾ ਕੋਈ ਚਾਂਸ ਨਹੀਂ ਹੈਗਾ ਇਹ ਤੇ ਚਲੋ ਕਿੱਦਾਂ ਰੱਬ ਦੀ ਮਿਹਰ ਪੈ ਗਈ ਹੈ ਤੇ ਚਲੋ ਉੱਠ ਪਿਆ ਵਾ ਫਿਰ ਤੇ ਮਾੜੇ ਕੰਮ ਦਾ ਜਿਹੜਾ ਨਤੀਜਾ ਨਾ ਉਹ ਮਾੜਾ ਹੀ ਹੁੰਦਾ ਇਹ ਤੇ ਗੱਲ ਇਹ ਤੇ ਪੱਕੀ ਸੱਚਾਈ ਹੈ ਨਾ ਭਰਾ ਤੇ ਤੁਸੀਂ ਮੇਰੀ ਗੱਲ ਸੁਣੋ ਇੱਧਰ ਆਣ ਕੇ ਨਾ ਬੈਠਿਆ ਕਰੋ ਐਵੇਂ ਮੁੜ ਕੇ ਬਿਮਾਰ ਹੋ ਗਏ ਸੋਚ ਸੋਚ ਕੇ ਹੈ ਪੁਰਾਣੀਆਂ ਗੱਲਾਂ ਹੁਣ ਬਚਪਨ ਸਾਰਾ ਮੇਰਾ ਇੱਥੇ ਬੀਤਿਆ ਮੇਰਾ ਜੀ ਨਹੀਂ ਕਰਦਾ ਇੱਥੇ ਆਉਣ ਨੂੰ ਕਿਤੇ ਘਰ 'ਚੋਂ ਕਿਤੇ ਜ਼ਿਆਦਾ ਮੁੱਕਦੀਆਂ ਮੈਂ ਆਪਣੀਆਂ ਦੱਸੋ ਉਹ ਤਾਂ ਹੈ ਤਾਂ ਸਹੀ ਆ ਪਰ ਮੇਰੇ ਮਨ ਨੂੰ ਨਾ ਤਸੱਲੀ ਜੀ ਨਹੀਂ ਮਿਲਦੀ ਉੱਥੇ ਜਾ ਕੇ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਘਰ ਸਰਜਣੇ ਆ ਕੇ ਬੈਠੇ ਆ ਤਾਇਆ ਜੀ ਹੁਣੇ ਆਏ ਆ ਭੂਆ ਆਈ ਆ ਸਰਜਣੇ ਆਏ ਆ ਉੱਥੇ ਚੱਲੀਏ ਘਰ ਤੇ ਫਿਰ ਮਾਰੋ ਜਿੰਦਰਾ ਇੱਥੇ ਹੈ ਚੱਲ ਕੋਈ ਨਹੀਂ ਚੱਲ ਫਿਰ ਚੱਲ ਜਾਂਦੇ ਚੱਲੀਏ ਕੀ ਕਰਨਾ ਫਿਰ ਹੁਣ ਟਾਈਮ ਤੇ ਕੱਢਣਾ ਹੀ ਆ ਵੇਖ ਲਓ ਰੱਬ ਤੇ ਯਕੀਨ ਰੱਖਣਾ ਚਾਹੀਦਾ ਵਾ ਦਿਨ ਬਦਲ ਹੀ ਗਏ ਆ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
जित लिया ਲੈ ਫੇ ਤਾਂ ਬੜਾ ਵਧੀਆ ਹੋ ਗਿਆ ਵਾ ਹੋ ਗਿਆ ਵਧੀਆ ਸਾਰਾ ਕੁਝ ਕਿਹੜੀ ਆਪਣੇ ਹੱਕ ਚੋਂ ਵੀ ਭਾਜੀ ਆ ਹੋ ਗਈ ਆਪਣੇ ਹੱਕ ਤੇ ਬੜਾ ਤਰੀਕਾ ਰੋਗਾ ਭੁਗਤਰੇ ਮੇਰੇ ਕੋਲ ਤੇ ਜਾ ਨਹੀਂ ਜਾਂਦਾ ਹੁੰਦਾ ਸੀ ਤੇ ਉਹ ਜਾਂਦੇ ਰਹੇ ਆ ਵਿਚਾਰੇ ਤਰੀਕਾ ਭੁਗਤਾਂ ਤੇ ਮਾਲਕ ਨੇ ਸੁਣਦੀ ਆ ਹੁਣ ਆਪਣੇ ਹੱਕ ਚੋਂ ਵੀ ਆ ਪੈਣੇ ਨਹੀਂ ਹੁਣ ਤੁਸੀਂ ਬੋਲਦੇ ਦਾ ਪੈਣੀ ਆਪ ਹੁੰਦੇ ਆ ਐਰਕਾ ਫਸਲ ਆ ਬੀਜੀ ਆ ਚਲ ਵਧੀਆ ਹੋ ਗਿਆ ਆ ਵੀ ਬੀਜੀ ਆ ਫਸਲ ਵਧੀਆ ਹੁਣ ਠੀਕ ਆ ਹੁਣ ਤੇ ਨਾਲ ਗੱਡੀ ਵੀ ਲੈ ਲਈ ਆ ਚਲੋ ਸਭ ਤੋਂ ਵਧੀਆ ਗੱਲ ਕੇ ਹਾਂਜੀ ਹਾਂਜੀ ਸੋਨੂੰ ਪਾ ਮੈਂ ਤੇ ਨਾ ਆਪਣੀ ਉਮਰ ਇਦਾਂ ਹੀ ਕੱਢਦੀ ਆ ਬੜੇ ਧੋਖੇ ਧੜੇ ਕਦੀ ਕਿਸੇ ਨਾਲ ਧੋਖਾ ਕਰਦਾ ਕਦੀ ਕਿਸੇ ਨਾਲ ਹੁਣ ਇੰਨਾ ਟਾਈਮ ਗਵਾ ਕੇ ਇੰਨਾ ਕਸ਼ਟ ਪਾ ਕੇ ਅਤੇ ਹੁਣ ਸਮਝ ਆਈ ਆ ਹੁਣ ਪਤਾ ਲੱਗਾ ਹੀ ਉਹ ਵੀ ਜਿਹੜਾ ਚੰਗੇ ਕੰਮਾਂ 'ਚ ਉਹਨਾਂ ਦਾ ਨਤੀਜਾ ਚੰਗਾ ਹੀ ਹੁੰਦਾ ਵਾ ਅਤੇ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੁੰਦਾ ਵਾ ਕਿਉਂਕਿ ਮੈਨੂੰ ਤਾਂ ਚੰਗੀ ਤਰ੍ਹਾਂ ਮੇਰੀਆਂ ਹੁਣ ਅੱਖਾਂ ਖੁੱਲ੍ਹ ਗਈਆਂ ਵਾ ਵੀ ਇਹ ਜਿਹੜਾ ਮਾੜੇ ਕੰਮ ਜਿਹੜੇ ਆ ਉਹ ਬੰਦੇ ਦੇ ਅੱਗੇ ਆਉਂਦੇ ਹੀ ਆਉਂਦੇ ਆ ਭਾਵੇਂ ਜਿੰਨਾ ਚਿਰ ਮਰਜ਼ੀ ਬੰਦਾ ਕਰਦਾ ਰਹੇ ਨਾ ਜੇ ਬੰਦਾ ਤਾਂ ਵੀ ਚੜ੍ਹ ਜਾਵੇ ਇਹੋ ਜਿਹੇ ਕੰਮ ਕਰਕੇ ਮਾੜੇ ਤਾਂ ਉਹ ਵੀ ਬਾਅਦ 'ਚ ਬੰਦਾ ਥੱਲੇ ਆਉਂਦਾ ਹੀ ਆਉਂਦਾ ਵਾ ਆਹ ਤਾਂ ਭਾਅ ਜੀ ਤੁਸੀਂ ਨਾ ਸੁਣਾ ਦੇ ਸੱਚ ਗੱਲ ਕੀਤੀ ਆ ਜਿਹੜੀ ਹੱਕ ਹਲਾਤ ਦੀ ਕਮਾਈ ਆ ਨਾ ਉਹੋ ਹੀ ਕੰਮ ਆਉਂਦੀ ਆ ਬੰਦਾ ਤਾਂ ਗਾਂ ਨੂੰ ਹੱਥ ਪਾਉਂਦਾ ਵਾ ਪਰ ਨਹੀਂ ਜਿੱਥੇ ਉਹਨੇ ਰੱਖਣਾ ਰਹਿਣਾ ਉੱਥੇ ਪੈਂਦਾ ਵੇਖੋ ਭੈਣ ਜੀ ਦਿਨ ਤੇ ਬਦਲ ਹੀ ਜਾਂਦੇ ਆ ਰੁਪਿੰਦਰ ਨੇ ਤੇ ਜੋਬਨ ਨੇ ਨਾ ਬੜੇ ਹੀ ਕਸ਼ਟ ਝੱਲੇ ਸੀ ਪਰ ਮਹਾਰਾਜ ਨੇ ਨਾ ਨੇੜੇ ਹੋ ਕੇ ਇਹਨਾਂ ਦੀ ਸੁਣੀ ਆ ਵੇਖੋ ਸਭ ਕੁਝ ਮਹਾਰਾਜ ਨੇ ਇਹਨਾਂ ਨੂੰ ਦੇ ਦਿੱਤਾ ਹੁਣ ਸਾਨੂੰ ਵੀ ਭੈਣ ਜੀ ਹੁਣ ਸਾਡਾ ਜਦੋਂ ਦਾ ਭਰਾ ਇੱਦਾਂ ਹੋਇਆ ਵਾ ਸਾਨੂੰ ਵੀ ਇਹਨਾਂ ਦਾ ਹੀ ਆਸਰਾ ਵਾ ਨਾ ਅਸੀਂ ਵੀ ਉਦੋਂ ਦੇ ਇਹੋ ਹੀ ਡਿੱਕਣ ਡੇ ਆ ਵੀ ਚਲੋ ਚੰਗੇ ਦਿਨ ਆਉਣ ਇਹਨਾਂ ਦੇ ਵੀ ਹੁਣ ਤਾਂ ਸਾਨੂੰ ਇਹੋ ਹੀ ਆਸ ਸੀ ਉਹ ਵੀ ਜੋ ਬੰਦਾ ਵਿਆਹ ਜਲਦੀ ਜਲਦੀ ਆ ਜੇ ਲੈ ਪ੍ਰਾਹੁਣੇ ਆ ਵੀ ਗਏ ਆ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਆਜਾ ਹਾਂਜੀ ਬੈਠੇ ਆਹੋ ਨਹੀਂ ਵਿਆਹ ਕਰਾਂਗੇ ਵਿਆਹ ਤੋਂ ਧੂਮਧਾਮ ਨਾਲ ਕਰਾਂਗੇ ਮੁੰਡੇ ਦਾ ਡਿਕਣ ਡੇ ਯੋ ਵਿਆਹ ਦੇ ਦਿਨ ਡਿਕਣ ਡੇ ਬਸ ਆ ਗਿਆ ਵਿਆਹ ਦੇ ਕਰੋ ਤਿਆਰੀਆਂ ਹੁਣ ਦੇ ਦਿਨ ਸਾਡੇ ਸਮਾਉਂਦੇ ਆ ਨਾ ਬਾਕੀ ਪੁੱਛ ਲਓ ਮੁੰਡੇ ਨੂੰ ਉਹ ਚਲੋ ਵਿਆਹ ਤੇ ਕਰਨਾ ਹੀ ਆ ਮੈਂ ਤੇ ਇਹ ਗੱਲ ਕਹਿ ਰਿਹਾ ਵਾਂ ਵੀ ਵਿਆਹ 'ਚ ਸਾਜਣੇ ਇਕੱਠੇ ਹੀ ਜਿਹੜਾ ਪ੍ਰੋਗਰਾਮ ਕਰਨਾ ਕਰਨਾ ਵਾ ਠੀਕ ਹੈ ਨਾ ਇਹ ਨਾ ਹੋਵੇ ਵੀ ਕੋਈ ਮੁੜ ਕੇ ਆਏ ਨਾ ਟਾਈਮ ਦੇ ਟਾਈਮ ਲੈ ਜੋ ਬਣਾਵਾਂਗੇ ਆਉਣਾ ਕਿਉਂ ਨਹੀਂਗਾ ਸਾਨੂੰ ਪਤਾ ਕਿੰਨਾ ਚਾਹਵਾ ਹੀ ਡਿੱਕਣ ਡੇ ਦਿਨ ਜਿੰਨਾ ਜੋਬਨ ਤੇਰੇ ਵਿਆਹ ਦਾ ਸਾਨੂੰ ਚਾਹਵਾ ਉਹਨਾਂ ਹੋਰ ਕਿਹਨੂੰ ਆਉਣਾ ਵਾ ਹੁਣ ਤਾਂ ਤੇਰਾ ਫੁੱਫੜ ਸੁੱਕਣਾ ਠੀਕ ਵੀ ਹੋ ਗਿਆ ਲੱਤ ਵੀ ਠੀਕ ਹੋ ਗਈ ਆ ਵੇਖੀ ਭੰਗੜੇ ਸੰਗੜੇ ਫੁੱਲ ਪਾਉਂਦੇ ਹੁਣ ਅਸੀਂ ਆਹ ਤਾਂ ਗੱਲ ਕੀਤੀ ਨਾ ਜੋਗਾ ਸਿਆ ਵਧੀਆ ਚਾਹ ਲਾਵਾਂਗੇ ਪੂਰੇ ਨਾਲੇ ਇਹਨੂੰ ਪਤਾ ਲੱਗੂਗਾ ਵੀ ਮੇਰਾ ਪਿਓ ਹੈ ਨਹੀਂ ਆ ਤੇ ਆਂਢ ਗੁਆਂਢ ਨੇ ਕਿੰਨੀ ਮਦਦ ਕੀਤੀ ਆ ਕੋਈ ਕਸਰ ਥੋੜ੍ਹੀ ਰਹਿਣ ਦੇਣੀ ਅਸੀਂ ਕੋਈ ਕਸਰ ਰਹਿਣ ਦੇਣੀ ਲਓ ਜੀ ਸੁਣ ਲਓ ਹੁਣ ਸਾਰੇ ਜਾਣੇ ਵੀ ਅਗਲੇ ਮਹੀਨੇ ਦਾ ਉਹਦਾ 25 ਤਰੀਕ ਦਾ ਵਿਆਹ ਰੱਖ ਲਿਆ ਵਾ ਠੀਕ ਆ ਭੈਣ ਜੀ ਤਾਂ ਹੁਣ ਇੱਦਾਂ ਕਰਿਓ ਵੀ ਸਾਰੇ ਜਣੇ ਲੀੜਾ ਕੱਪੜਾ ਸਵਾ ਲਓ ਤਾਂ ਮੁੜ ਕੇ ਇਹ ਨਾ ਕੋਈ ਬਹਾਨਾ ਮਾਰਿਓ ਵੀ ਸਾਨੂੰ ਕਿਸੇ ਨੇ ਪਹਿਲਾਂ ਦੱਸਿਆ ਨਹੀਂ ਹੈ ਚਾਹੇ ਕਿੱਦਾਂ ਵਾ ਹੁਣ ਮੇਰੀ ਬਹਾਨਾ ਸੁਣਨਾ ਠੀਕ ਆ ਨਾ ਲੈ ਰੁਪਿੰਦਰ ਤੂੰ ਨਾ ਵੀ ਕਹਿੰਦੀ ਨਾ ਅਸੀਂ ਤਾਂ ਲੱਗ ਗਏ ਹਾਂ ਅਸੀਂ ਆਪੇ ਆ ਜਾਣਾ ਸੀ ਦੱਸਣ ਦੀ ਲੋੜ ਹੀ ਨਹੀਂ ਤੈਨੂੰ ਨਹੀਂ ਭੈਣ ਜੀ ਫਿਰ ਵੀ ਚਲੋ ਮੇਰਾ ਦੱਸਣ ਦਾ ਫਰਜ਼ ਬਣਦਾ ਵਾ ਨਾ ਤੇ ਕਿ ਨਿਆਣਿਆਂ ਨੂੰ ਹੁਣ ਕੱਪੜੇ ਕੁਪੜੇ ਲੈ ਕੇ ਦਿਓ ਤੇ ਕਰੋ ਤਿਆਰੀਆਂ ਹਾਂ ਬਸ ਬਸ ਹਾਂ ਤੇ ਮੈਂ ਵੀ ਹੁਣ ਕਰਨੀ ਹੈ ਤਿਆਰੀ ਹੌਲੀ ਹੌਲੀ ਮਹਾਂ ਉਦੋਂ ਤੱਕ ਤਿਆਰੀ ਹੋਣੀ ਆ ਨਿੱਕੇ ਨਿੱਕੇ ਹਾਂ ਕਈ ਚੀਜ਼ਾਂ ਨਿੱਕੀਆਂ ਨਿੱਕੀਆਂ ਹਾਂਜੀ ਹਾਂਜੀ ਨਿੱਕੇ ਨਿੱਕੇ ਕਿੰਨੇ ਹੀ ਕੰਮ ਹੋ ਜਾਂਦੇ ਹੁਣ ਜੋਬਨ ਨੂੰ ਘਲਾਉਂਦੀ ਆ ਤੂੰ ਸ਼ਹਿਰ ਤੇ ਆਪੇ ਜਿਹੜਾ ਜਿਹੜਾ ਸਮਾਨ ਲਿਆਉਣ ਵਾਲੇ ਸੀ ਉਹਨੂੰ ਲਿਖ ਕੇ ਦੇਈ ਜਾਂਦੀ ਆ ਬਸ ਬਸ ਆਹੋ ਤਾਂ ਲੈ ਆਊਗਾ ਬਾਕੀ ਭੈਣ ਜੀ ਵਿਚੋਲੇ ਪੁੱਛਦੇ ਸੀ ਵੀ ਕੁਛ ਲੈਣਾ ਦੇਣਾ ਵਾ ਚਾਹੇ ਕੁਛ ਕਿੱਦਾਂ ਵਾ ਤੇ ਮੈਂ ਤਾਂ ਸਾਫ਼ ਹੀ ਮਨਾ ਕਰਤਾ ਜੇ ਚੱਲ ਰੁਪਿੰਦਰ ਇਹ ਤੂੰ ਬੜਾ ਵਧੀਆ ਕੀਤਾ ਮਹਾਰਾਜ ਨੇ ਵੀ ਸਭ ਕੁਝ ਤੈਨੂੰ ਹੁਣ ਦੇ ਦਿੱਤਾ ਵਾ ਨਹੀਂ ਅਸੀਂ ਆਖਦਾ ਥੋੜਾ ਪੂਰੀ ਪੈਂਦੀ ਆ ਮਹਾਰਾਜ ਆਪਣੇ ਘਰ ਦਵੇ ਨਾ ਫੇਰ ਹੀ ਪੂਰੀ ਪੈਂਦੀ ਆ ਨਹੀਂ ਅਸੀਂ ਤਾਂ ਕਹਿਦਾ ਬਸ ਸਾਨੂੰ ਇਕੱਲੀ ਕੁੜੀ ਕੁੜੀ ਚਾਹੀਦੀ ਆ ਨਾ ਹੀ ਕੁਛ ਦੇਣਾ ਵਾ ਤੇ ਨਾ ਕੁਛ ਲੈਣਾ ਵਾ ਬਸ 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 ਇੰਨਾ ਕੱਪੜੇ ਦੇ ਵਿੱਚ ਕੁੜੀ ਬਸ ਲੈ ਆਉਣੀ ਆਪਾਂ ਜਾ ਕੇ ਧੀ ਪੁੱਤ ਚੰਗਾ ਹੋਵੇ ਨਾ ਸਾਰਾ ਕੁਝ ਵਿੱਚ ਹੀ ਆ ਸਾਰਾ ਕੁਝ ਵਿੱਚ ਹੀ ਆ ਇਹਦਾ ਹਾਂਜੀ ਬਾਕੀ ਗੱਲਾਂ ਹੁਣ ਸਾਰੀਆਂ ਛੱਡੋ ਤੇ ਵਿਆਹ ਦੀਆਂ ਕਰੋ ਤਿਆਰੀਆਂ ਤੇ ਚਲੋ ਆਪਾਂ
ਸਤਿ ਸ਼੍ਰੀ ਅਕਾਲ ਜੀ। ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਹੁਣ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ 'ਚ ਪਰਸੋਂ, ਅਤੇ ਇੱਕ ਨਵੀਂ ਕਹਾਣੀ ਦੇ ਨਾਲ, ਨਵੀਂ ਸਿਹਤ ਦੇ ਨਾਲ। ਅਤੇ ਸਾਰੇ ਜਣਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਆ ਕਿ ਕਿੱਥੇ ਕਿੱਥੇ ਸਾਡੇ ਕੋਲ ਗਲਤੀਆਂ ਹੁੰਦੀਆਂ ਨੇ, ਕਿੱਥੋਂ ਤੁਹਾਨੂੰ ਚੰਗੀ ਲੱਗੀ ਆ, ਸਾਰੀਆਂ ਚੀਜ਼ਾਂ ਜ਼ਰੂਰ ਦੱਸਣੀਆਂ। ਜਿੱਦਾਂ ਇਸ ਵੀਡੀਓ ਨੂੰ ਪਿਆਰ ਦਿੱਤਾ, ਉੱਦਾਂ ਹੀ ਅਗਲੀ ਵੀਡੀਓ ਨੂੰ ਵੀ ਦੇਣਾ ਆ। ਸੋ ਠੀਕ ਹੈ ਜੀ, ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।